ਵਿਦੇਸ਼ਾਂ ਵਿੱਚ ਸ਼ਰਨ ਲੈਣ ਵਾਲੇ ਭਾਰਤੀ ਮੂਲ ਦੇ ਲੋਕਾਂ, ਖਾਸ ਕਰਕੇ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਭਾਰਤ ਸਰਕਾਰ ਨੇ ਆਪਣੇ ਵਿਦੇਸ਼ਾਂ ਵਿੱਚ ਸਥਿਤ ਸਾਰੇ ਸਫਾਰਤਖਾਨਿਆਂ ਨੂੰ ਉੱਥੋਂ ਦੀ ਕਾਲੀ ਸੂਚੀ ਖਤਮ ਕਰਨ ਦੇ ਨਿਰਦੇਸ਼ ਦਿੱਤੇ ਨੇ। ਇੱਕ ਰਿਪੋਰਟ। ਕੇਂਦਰ ਸਰਕਾਰ ਦੇ ਇੱਕ ਫੈਸਲੇ ਨੇ ਵਿਦੇਸ਼ਾਂ 'ਚ ਰਹਿੰਦੇ ਕਿੰਨੇ ਹੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ ਨੇ। ਕਾਲੀ ਸੂਚੀ 'ਚ ਨਾ ਪਾਏ ਜਾਣ ਦੀ ਵਜ੍ਹਾ ਕਰਕੇ ਜੋ ਲੋਕ ਹੁਣ ਤੱਕ ਆਪਣਿਆਂ ਤੋਂ ਦੂਰ ਰਹਿਣ ਲਈ ਮਜਬੂਰ ਸੀ, ਉਹ ਹੁਣ ਮੁਲਕ ਪਰਤ ਸਕਣਗੇ ਅਤੇ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ। ਦਰਅਸਲ ਵਿਦੇਸ਼ 'ਚ ਕਈ ਅਜਿਹੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸਨ ਜੋ ਪੰਜਾਬ ਅੰਦਰ ਹਾਲਾਤ ਸਹੀ ਨਾ ਹੋਣ ਕਰਕੇ ਕਿਸੇ ਵੇਲੇ ਸਿਆਸੀ ਸ਼ਰਨ ਲਈ ਉੱਥੇ ਚਲੇ ਗਏ ਸਨ ਅਤੇ ਇਹਨਾਂ ਲੋਕਾਂ ਨੂੰ ਬਾਅਦ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਕਾਲੀ ਸੂਚੀ 'ਚ ਪਾ ਦਿੱਤਾ। ਹੁਣ ਇਹਨਾਂ ਸੂਚੀਆਂ ਦੇ ਖਤਮ ਹੋਣ ਨਾਲ ਜਿੱਥੇ ਇਹਨਾਂ ਲੋਕਾਂ ਨੂੰ ਮੁਲਕ ਪਰਤਣ ਦਾ ਮੌਕਾ ਮਿਲੇਗਾ, ਉੱਥੇ ਦੇਸ਼ ਪਰਤ ਕੇ ਇਹ ਆਪਣੇ ਪਰਿਵਾਰਾਂ ਨੂੰ ਮਿਲਣ ਦੇ ਨਾਲ ਨਾਲ ਜ਼ਮੀਨ ਜਾਇਦਾਦ ਵੀ ਸਾਂਭ ਸਕਣਗੇ। ਵਿਦੇਸ਼ਾਂ 'ਚ ਮੌਜੂਦ ਕਈ ਅਦਾਰੇ ਅਤੇ ਕਈ ਲੋਕ ਨਿੱਜੀ ਪੱਧਰ 'ਤੇ ਇਸ ਫੈਸਲੇ ਲਈ ਕੋਸ਼ਿਸ਼ਾਂ ਕਰ ਰਹੇ ਸਨ, ਜਿਨ੍ਹਾਂ ਨੇ ਹੁਣ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਵਧਾਈ ਦੇ ਪਾਤਰਦਾਰ ਸਾਰੇ ਜਿੰਨੇ ਪੰਜਾਬੀ ਡੈਸ਼ਪੋਰਾ ਹੈਗਾ ਜੀ, ਉਹਦੇ ਵਿੱਚ ਜਿੰਨਾ ਵੀ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਹੈਗਾ, ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਮੇਰੀ ਇਕੱਲੇ ਦੀ ਕੰਟਰੀਬਿਊਸ਼ਨ ਹੈਗੀ ਹੈ, ਬਹੁਤ ਲੋਕਾਂ ਦਾ ਅੱਛਾ ਕੰਟਰੀਬਿਊਸ਼ਨ ਹੈ, ਅਸੀਂ ਵੀ ਬਹੁਤ ਰੋਲ ਪਲੇ ਕਰਿਆ ਹੈਗਾ ਇਹਦੇ ਵਿੱਚ ਬੈਕਗਰਾਊਂਡ ਦੇ ਵਿੱਚ, ਪਰ ਐਂਡ ਆਫ ਦਾ ਡੇ ਦਿਸ ਇਜ਼ ਏ ਵੈਰੀ ਵੈਰੀ ਗੁੱਡ ਵੈਰੀ ਪੋਜ਼ਿਟਿਵ ਡਿਸੀਜ਼ਨ ਬਾਏ ਦਾ ਗਵਰਨਮੈਂਟ ਆਫ ਇੰਡੀਆ ਸਪੈਸ਼ਲੀ ਫੋਰ ਦਾ ਸਿੱਖ ਕਮਿਊਨਿਟੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਹੁਕਮਾਂ ਨਾਲ ਵਿਦੇਸ਼ਾਂ 'ਚ ਸ਼ਰਨ ਲੈਣ ਵਾਲੇ ਭਾਰਤੀ ਲੋਕਾਂ ਨੂੰ ਹੁਣ ਉੱਥੋਂ ਦੀ ਭਾਰਤੀ ਸਫਾਰਤਖਾਨਿਆਂ ਵਿੱਚ ਵੀਜ਼ਾ, ਪਾਸਪੋਰਟ ਅਤੇ OCI ਸੇਵਾਵਾਂ ਲੈਣ 'ਚ ਮਦਦ ਮਿਲੇਗੀ। ਸਾਲ 2007 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਇਹ ਕਾਲੀ ਸੂਚੀ ਜਾਰੀ ਕੀਤੀ ਗਈ ਤਾਂ ਇਸ ਵਿੱਚ ਸੈਂਕੜੇ ਲੋਕਾਂ ਨੇ ਨਾਂ ਸ਼ਾਮਲ ਕੀਤੇ ਸਨ। ਉਪਰੰਤ 2008 'ਚ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਉਸ ਵੇਲੇ ਨਵਾਂ ਵਿਵਾਦ ਛੇੜ ਦਿੱਤਾ ਜਦੋਂ ਉਹਨਾਂ ਜੰਮੂ ਵਿੱਚ ਸੂਬਾ ਛੱਡਣ ਵਾਲੇ ਕਸ਼ਮੀਰੀ ਅੱਤਵਾਦੀਆਂ ਜਾਂ ਨੌਜਵਾਨਾਂ ਦੇ ਮੁੜ ਵਸੇਬੇ ਲਈ ਯੋਜਨਾ ਦਾ ਐਲਾਨ ਕੀਤਾ ਸੀ, ਪਰ ਕਾਲੀ ਸੂਚੀ 'ਚ ਸ਼ਾਮਿਲ ਪੰਜਾਬੀ ਲੋਕਾਂ ਲਈ ਅਜਿਹੀ ਕੋਈ ਯੋਜਨਾ ਨਾ ਹੋਣ ਦੀ ਗੱਲ ਆਖੀ ਸੀ। ਹੁਣ ਤਾਜ਼ਾ ਤਰੀਨ ਫੈਸਲੇ ਲਈ ਪੰਜਾਬ ਫਾਊਂਡੇਸ਼ਨ ਦੇ CEO ਸੁਖੀ ਚਾਹਲ ਜਿੱਥੇ ਕੇਂਦਰ ਸਰਕਾਰ ਸਿਰ ਇਸਦਾ ਸਿਹਰਾ ਬਣ ਰਹੇ ਨੇ, ਉੱਥੇ ਹੀ ਖੇਤਰੀ ਸਿਆਸਤ ਦੀ ਇਸ 'ਚ ਕਿਸੇ ਖਾਸ ਭੂਮਿਕਾ ਤੋਂ ਮਨਾ ਕਰਦੇ ਨੇ। ਇਹ ਜਿਹੜਾ ਡਿਸੀਜਨ ਹੁੰਦਾ ਹੈਗਾ ਇਸ ਨੋਟ ਸਟੇਟ ਲੈਵਲ ਦਾ ਨਹੀਂ ਹੁੰਦਾ ਹੈਗਾ, ਇਹ ਜ਼ਿਆਦਾ ਸੈਂਟਰ ਲੈਵਲ ਦਾ ਹੁੰਦਾ ਹੈਗਾ ਅਤੇ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਹੈਗਾ। ਸੋ ਆਈ ਥਿੰਕ ਜਿਹੜਾ ਕ੍ਰੈਡਿਟ ਹੈਗਾ ਓਬਵੀਅਸਲੀ ਇਟ ਹੈਜ਼ ਟੂ ਗੋ ਟੂ ਦਾ ਪੀਪਲ ਦੋਜ਼ ਹੂ ਆਰ ਡਿਸੀਜਨ ਮੇਕਰ ਇਸ ਪ੍ਰੋਸੈਸ ਦੇ ਵਿੱਚ ਹੈਗੇ। ਜ਼ਿਕਰਯੋਗ ਹੈ ਕਿ ਸਰਕਾਰ ਨੇ ਇਹ ਫੈਸਲਾ ਉਸ ਵੇਲੇ ਲਿਆ ਜਦੋਂ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਚੋਣ ਪ੍ਰਚਾਰ ਪੱਖਿਆ ਹੋਇਆ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਦਾ ਭਾਰਤੀ ਵੋਟਰਾਂ ਅਤੇ ਸਿਆਸਤ 'ਤੇ ਅਸਰ ਕਿਸੇ ਤੋਂ ਲੁਕਿਆ ਨਹੀਂ। ਅਜਿਹੇ 'ਚ ਇੱਕ ਫੈਸਲਾ ਕੀ ਪ੍ਰਵਾਸੀ ਭਾਰਤੀਆਂ ਲਈ ਕੇਂਦਰ ਸਰਕਾਰ ਦਾ ਅਕਸ ਬਦਲੇਗਾ, ਇਹ ਵੇਖਣਾ ਹੋਵੇਗਾ। ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ।